ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਗੂਗਲ ਤੇ ਵਟਸਐਪ ਦਾ ਨਵਾਂ ਅਲਾਂਡ ਲਿਮਿਟ ਤੋਂ ਬਾਅਦ ਤੁਹਾਨੂੰ ਐਪ ਚੈਟ ਬੈਕਅਪ ਲਈ ਕਰਨਾ ਪਏਗਾ ਪੂਕਤਾਨ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੱਲਣ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੇ ਤੁਸੀਂ WhatsApp ਦੀ ਵਰਤੋਂ ਚੈਟਿੰਗ ਅਤੇ ਆਪਣੇ ਦਫ਼ਤਰ ਦੇ ਕੰਮ ਲਈ ਕਰਦੇ ਹੋ ਤਾਂ ਇਹ ਨਵੀਂ ਜਾਣਕਾਰੀ ਤੁਹਾਨੂੰ ਹਰਾਨ ਕਰ ਸਕਦੀ ਹੈ WhatsApp ਚੈਟ ਬੈਕਅਪ ਦੇ ਲਈ ਬਹੁਤ ਜਲਦੀ ਪੈਸੇ ਲਈ ਜਾ ਸਕਦੇ ਨੇ दरअसल Google ਤੇ WhatsApp ਨੇ ਮਿਲ ਕੇ ਇੱਕ ਨਵਾਂ ਐਲਾਨ ਕੀਤਾ ਹੈ ਦੋਵਾਂ ਕੰਪਨੀਆਂ ਨੇ WhatsApp ਚੈਟ ਲੈ ਕੇ ਇੱਕ ਨਵਾਂ ਬਦਲਾਅ ਕਰਨ ਜਾ ਰਹੀਆਂ ਨੇ ਨਵੀਂ ਅਪਡੇਟ ਦੇ ਮੁਤਾਬਿਕ WhatsApp ਚੈਟ ਤੇ ਮੀਡੀਆ ਬੈਕਅਪ ਨੂੰ Google ਆਊਟ ਦੀ ਸਟੋਰੇਜ ਚ ਗਿਣਿਆ ਜਾਏਗਾ ਦੋਵੇਂ ਕੰਪਨੀਆਂ ਦੀ ਆਪਸੀ ਸਾਂਝ ਮਦੀ ਨਾਲ ਲਏ ਗਏ ਇਸ ਫੈਸਲੇ ਦਾ ਅਸਰ ਫਿਲਹਾਲ ਐਂਡਰੋਇਡ ਯੂਜ਼ਰਸ 'ਤੇ ਦਿਖਾਈ ਦੇਗਾ ਹੈ ਜਾਣਕਾਰੀ ਜਾਣਿਆ ਜਾਂਦੇ Google account ਦੇ ਨਾਲ ਹਰ ਯੂਜ਼ਰਸ ਨੂੰ 15 GB ਤੱਕ ਮੁਫਤ cloud storage limited ਮਿਲਦੀ ਹੈ ਇਸ ਸੀਮਾ ਤੋਂ ਬਾਅਦ Google users ਨੂੰ ਭੁਗਤਾਨ ਕਰਨਾ ਪਵੇਗਾ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ